इनू शेयर कर दियो ग्रुपा च। मैं तुहानू एक चीज विखाउणा, पहला तुसी आ वेखो, इधर निगाह मार ए आ वेखो पहला, फिर गल करने आ। ओ वेलो ओ आ गए 10-12 जने, मैं उत्थे धरने ते गया आ चंडीगढ़। ए मगरों साडियां जनानियां नूं दबकाउंदे फिरदे आण के, एक दिन अगे वी आई सी। मैं सारी गल दा ना, जे ते तुसी सिक्खी नूं प्यार करदे जे सिक्खां नूं, इन्हां ने इधर वेखो आ गए अंदर, इधर वेखो ये हुण अंदर, आ वेखो चंगी तरह वेखी चलो। मैं सारी बूआ मार मार दे यार, ए तुहानूं मैं सारी गल विखाउणा, ए आ वेखो। मैं सारी वीडियो बनाई हुई है, साडे घरे ये पंजाब पुलिस अज गई है ते साडे घरे ने जाके ये गल आखी है, कहिंदे कोले नजायज असला है, असीं नजायज असला लैन आए आ। एक दिन अगे भी गए सी मेरे तो लिखा लकू के मोड़ा है, मेरिया अखां च गुस्सा भी आउंदा है ते गलेडू भी आउंदे आ। इन्हां ने साडे घरे जाके साडियां मावां भैणां नूं इन्हां दबकाया, मेरी मां नूं आंदे सी कि अगे असीं पिछे नंगियां कीता सी इहनूं धर्मकोट थाणे थाणे दे विच। इन्हां कहा धर्मकोट थाणे दे विच अगे असीं इहनूं नंगियां कीता सी, हुण असीं इहनूं इह सिक्खी बाणे च हुण इहनूं फिर नंगियां करांगे, कहिंदे फिर नंगियां करांगे। इह पंजाब पुलिस वालिआं दे आ, ਇਹ ਕਹਿੰਦੇ ਪੈ ਨੰਗੀਆਂ ਕਰਾਂਗੇ। ਇਹਨੇ ਇਹਾਂ ਦੇ ਕਿੱਥੇ ਮਰਜ਼ੀ ਅੰਮ੍ਰਿਤਪਾਲ ਨਾਲ ਲਗਾ ਫਿਰਦਾ ਹੈ ਬਾਈ ਜੀ, ਅੱਖਾਂ 'ਚ ਗਲੇਡੂ ਆਉਂਦੇ। ਇਹ ਕਹਿੰਦੇ ਫਿਰ ਅੰਮ੍ਰਿਤਪਾਲ ਨਾਲ ਲਗਾ ਫਿਰਦਾ ਹੈ, ਇਹ ਚੰਡੀਗੜ੍ਹ ਧਰਨੇ 'ਚ ਜਾਂਦਾ ਹੈ, ਸਾਡੇ ਘਰੇ ਆਏ ਇਹ ਮਹਿਣੀ ਵਾਲੇ ਤੇ ਧਰਮਕੋਟ ਵਾਲੇ, ਕਹਿੰਦੇ ਇਹਦਾ ਥਾਣੇ 'ਚ ਲਿਜਾ ਕੇ ਲਾਵਾਂਗੇ ਲੀੜੇ, ਇਹ ਚੋਲੇ ਪਾ ਕੇ ਵੱਡਾ ਬਦਮਾਸ਼ ਬਣਿਆ ਫਿਰਦਾ ਏ, ਕਹਿੰਦੇ ਇਹਨੂੰ ਨੰਗੀਆਂ ਕਰਾਂਗੇ ਨੰਗੀਆਂ, ਮੇਰੀ ਮਾਂ ਨੂੰ ਕਹਿ ਕੇ ਗਏ ਆ ਸਾਡੇ ਘਰੇ, ਕਹਿੰਦੇ ਇਹਨਾਂ ਦੇ ਘਰੇ ਨਜਾਇਜ ਅਸਲੇ ਆ ਇਹ ਪੰਜਾਬ ਪੁਲਿਸ ਵਾਲੇ। ਦੁਬਾਰਾ ਫਿਰ ਕੱਢੀ ਫਿਰ ਵਿਖਾਈਏ, ਕਹਿੰਦੇ ਇਹਨੂੰ ਘਰੇ ਜਾ ਕੇ ਨੰਗੀਆਂ ਥਾਣੇ ਕਰਾਂਗੇ, ਥਾਣੇ ਨੰਗੀਆਂ, ਸਾਡਾ ਘਰ ਦਾ ਇਹਨਾਂ ਤੋੜ ਭੰਨ ਕੀਤੀ ਏ, ਸਾਰੇ ਖਿਲਰੇ ਪਏ ਸਮਾਨ। ਜਿਸ ਇੱਧਰ ਵੇਖੋ, ਇੱਧਰ ਵੇਖੋ, ਵੇਖ ਸ਼ੇਅਰ ਕਰ ਦਿਓ ਭਰਾਓ, ਇਹ ਭਗਵੰਤ ਮਾਨ ਨਾਲ ਚਲੇ ਤੱਕ ਪਹੁੰਚਾ ਦਿਓ ਕਿ ਤੈਨੂੰ ਵੋਟਾਂ ਐਵੇਂ ਨਹੀਂ ਪਾਈਆਂ, ਤੈਨੂੰ ਵੋਟਾਂ ਐਵੇਂ ਨਹੀਂ ਪਾਈਆਂ ਥਾਣਿਆਂ 'ਚ ਸਾਨੂੰ ਨੰਗੇ ਕਰਾਉਣੇ ਲਿਜਾ ਕੇ ਚਵਲੋ। ਆਹ ਵੇਖੋ, ਇੱਧਰ ਵੇਖੋ, ਆਹ ਸਾਰੀ ਇਹਨਾਂ ਨੇ ਫਰੋਲ ਪਲਾਈ ਕੀਤੀ ਏ। ਇਹ ਸਾਡੇ ਘਰੇ ਕੁਛ ਰੱਖ ਵੀ ਸਕਦੇ ਆ, ਇਹ ਕੋਈ ਅਸਲਾ ਰੱਖ ਕੇ ਝੂਠੀ ਸਾਡੇ ਘਰੇ ਨਸ਼ਾ ਰੱਖ ਕੇ ਪਰਚੇ ਪਾ ਸਕਦੇ ਆ। ਆਹ ਵੇਖੋ, ਆਹ ਵੇਖੋ, ਇਹਨਾਂ ਨੇ ਸਾਡੇ ਘਰੇ ਬਾਈ ਜੀ, ਇਹਨਾਂ ਪੂਰਾ ਉਦਣ ਮੇਰੇ ਕੋਲ ਆਏ, ਮੈਂ ਸਾਰਾ ਕੁਝ ਲਿਖ ਪੜ੍ਹਤ ਇਹਨਾਂ ਨੂੰ ਕਰਕੇ ਦਿੱਤੀ, ਜ਼ਮਾਨਤ ਜਿਹੜੀ ਸੀ ਮੈਂ ਆਪਦੀ ਉਦਣ ਕਰਾਈ। ਇਹਨਾਂ ਨੇ ਅੱਜ ਫਿਰ ਕਿਹਾ, ਕਹਿੰਦੇ ਚੁੱਪ ਕਰਕੇ ਬੰਦੇ ਦੇ ਪੁੱਤ ਬਣ ਕੇ ਬਹਿ ਜਾਣ, ਉੱਥੇ ਧਰਨੇ ਤੇ ਕਿਉਂ ਜਾਂਦੇ ਨੇ, ਜਿਹੜਾ ਲੱਗਾ ਆ ਚੰਡੀਗੜ੍ਹ ਅਸੀਂ ਪਰਚਾ ਝੂਠਾ ਪਾਵਾਂਗੇ, ਝੂਠੇ ਪਰਚੇ ਕਹਿੰਦੇ ਪਾ ਕੇ ਅੰਦਰ ਸੱਟਾਂਗੇ, ਫਿਰ ਬਾਹਰ ਨਿਕਲ ਕੇ ਵਿਖਾਉਣ, ਕਹਿੰਦੇ ਸਾਨੂੰ ਉੱਤੋਂ ਆਰਡਰ ਏ ਝੂਠੇ ਪਰਚੇ ਪਾਵਾਂਗੇ। ਹੁਣ ਦੱਸ ਆਪਣਾ ਕੀ ਕਸੂਰ ਏ, ਕੋਈ ਕਸੂਰ ਹੈ ਧਰਨੇ ਤੇ ਜਾਣਾ ਹੀ ਹੈ, ਤੂੰ ਦੱਸ ਕੋਈ ਕਸੂਰ ਹੈਗਾ? ਨਹੀਂ ਕੋਈ ਤੇ ਬਿਲਕੁਲ, ਇਹ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਏ ਕਿ ਯਾਰ ਇਹ ਬੋਲਣ ਵੀ ਨਹੀਂ ਦਿੰਦੇ, ਇਹ ਸਾਨੂੰ ਆਪਦੀ ਹੱਕਾਂ ਦੀਆਂ ਗੱਲਾਂ ਵੀ ਨਹੀਂ ਕਰਨ ਦਿੰਦੇ। ਬਾਈ ਜੀ ਅਸੀਂ ਤਾਂ ਤਗੜੇ ਆ, ਅਸੀਂ ਤਾਂ ਪੂਰੇ ਕੋਈ ਪਰਵਾਹ ਨਹੀਂ, ਸਾਨੂੰ ਕੋਈ ਜੇਲ੍ਹ ਦਾ ਨਹੀਂ ਡਰ, ਪਰ ਝੂਠੇ ਕਹਿੰਦੇ ਪਰਚੇ ਪਾਵਾਂਗੇ। ਇੱਕ ਗੱਲ ਜਿਹੜੀ ਮੈਨੂੰ ਇੱਥੋਂ ਗੁੱਸਾ ਚੜਿਆ, ਕਹਿੰਦੇ ਉਦੋਂ ਕਾਂਗਰਸ ਦੇ ਵਿੱਚ ਇਹਨੂੰ ਨੰਗਿਆ ਕੀਤਾ ਸੀ ਨਾ, ਉਦੋਂ ਇਹ ਮੁੜ ਕੇ ਬੋਲਦਾ ਨਹੀਂ ਸੀ, ਚੁੱਪ ਕਰਕੇ ਬੈਠਾ ਰਿਹਾ ਹੈ। ਇਹ ਮੀਡੀਆ ਵਾਲਿਆਂ ਨੂੰ ਬੇਨਤੀ ਗਾ ਵੀਡੀਓ ਚਲਾਓ, ਕਹਿੰਦੇ ਤੁਹਾਨੂੰ ਮੈਂ ਦੱਸਣਾ, ਕਹਿੰਦੇ
ਔਰੋਂ ਇਹਨੂੰ ਨੰਗਿਆ ਅਸੀਂ ਕੀਤਾ ਸੀ, ਕਹਿੰਦੀ ਅਸੀਂ ਕੀਤਾ ਸੀ ਨੰਗਿਆ ਔਰੋਂ ਇਹਨੂੰ, ਤੇ ਔਰੋਂ ਇਹ ਬੋਲਿਆ ਇਹ ਨਾ ਆਖੇ ਕਿ ਮੈਂ ਅੰਮ੍ਰਿਤਧਾਰੀ ਬਣ ਗਿਆ ਕਰਾਂਗੇ ਨਾ, ਕਹਿੰਦੇ ਨੰਗੇ ਹੁਣ ਵੀ ਕਰਾਂਗੇ, ਉਦੋਂ ਵੱਧ ਬੇਇੱਜ਼ਤੀ ਕਹਿੰਦੇ ਕਰਾਂਗੇ ਨੰਗੇ ਕਰਕੇ, ਇਹਨਾਂ ਨੇ ਇਹ ਗੱਲ ਕਹੀ ਹੈ, ਕਹਿੰਦੇ ਸਾਨੂੰ ਉੱਤੋਂ ਅਫਸਰਾਂ ਦਾ ਹੁਕਮ ਹੈ ਇਹਨੂੰ ਥਾਣੇ ਲਿਆ ਕੇ ਨੰਗਿਆ ਕਰੋ, ਇਹਦੇ ਤੇ ਝੂਠਾ ਝੂਠਾ ਪਾਓ। ਜਿਹੜੀ ਮੈਂ ਫੋਟੋ ਨਹੀਂ ਸੀ ਪਾਈ ਔਰੋਂ, ਉਹ ਜਿਹੜੀ ਵੀਡੀਓ ਫੋਟੋ ਪਾਈ ਸੀ ਅੰਮ੍ਰਿਤਪਾਲ ਦੇ ਨਾਲ, ਇਹ ਉਹ ਸਾਰਾ ਕੁਝ ਹੋ ਗਿਆ ਹੈ। ਦਬਕਾਉਂਦੇ ਨੇ, ਕਹਿੰਦੇ ਧਰਨਿਆਂ ਤੇ ਨਾ ਜਾਓ, ਆਪਦੀਆਂ ਨਿੱਕੀਆਂ ਮੋਟੀਆਂ ਇੱਥੇ ਵੀਡੀਓ ਪਾਓ, ਫਿਲਮਾਂ ਨਿੱਕੀਆਂ ਨੋਕੀਆਂ ਪਾਓ, ਤੁਸੀਂ ਗੱਲਾਂ ਸਿੱਖ ਨਾ ਸਿੱਖ ਦੀ ਗੱਲ ਕਰੋ ਤੇ ਨਾ ਕੋਈ ਆਪਦੀ ਅੱਖਾਂ ਦੀ ਗੱਲ ਕਰੋ। ਇਹ ਗੱਲਾਂ ਇਹ ਆਉਂਦੇ ਨੇ ਇਹ ਬੰਦੇ। ਆ ਕੀ ਲਿਖਿਆ ਹੈ? ਆਪਣੇ ਘਰ ਹੋਰ ਕੈਮਰੇ ਫਿੱਟ ਕਰਾਣਾ ਬਾਈ, ਸਾਡੇ ਘਰੇ ਕੈਮਰੇ ਫਿੱਟ ਨੇ, ਅੰਦਰ ਸਾਡੇ ਘਰੇ ਜਿਹੜੇ ਅੰਦਰ ਕੈਮਰੇ ਨਹੀਂ ਲੱਗੇ ਬਾਹਰ ਲੱਗੇ ਆ। ਇਹਨਾਂ ਬਾਈ ਜੀ ਬੜੀ ਗੁੰਡਾਗਰਦੀ ਕਰਦੇ, ਹੁਣ ਮੈਨੂੰ ਇਹ ਦੱਸੋ, ਮੈਂ ਤਦ ਲਾਈਵ ਹੋਇਆ, ਹੁਣ ਮੈਂ ਕੀ ਕਰਾਂ ਮੈਨੂੰ ਦੱਸੋ। ਮੈਂ ਜਦੋਂ ਦਾ ਸਿੱਖੀ ਦੇ ਵਿੱਚ ਆਇਆ ਉਦੋਂ ਦੇ ਮੈਨੂੰ ਦਬਕਾਈ ਜਾਂਦੇ ਆ, ਜਦੋਂ ਦਾ ਮੈਂ ਸਿੱਖੀ ਬਾਣੀ ਚ ਆਇਆ ਉਦੋਂ ਦਾ ਇਹ ਮੈਨੂੰ ਦਬਕਾਈ ਜਾਂਦੇ ਮੇਰੇ ਨਾਲ ਬੜਾ। ਬਾਈ ਤੁਹਾਨੂੰ ਕੀ ਦੱਸਾਂ, ਮੇਰੇ ਨਾਲ ਜੀਣਾ ਹਰਾਮ ਕੀਤਾ ਆ ਜਦੋਂ ਦਾ ਮੈਂ ਸਿੱਖੀ ਬਾਣੀ ਚ ਆਇਆ ਔਰਾਂ ਦਾ ਇਹਨਾਂ ਨੇ ਜੀਣਾ ਹਰਾਮ ਕੀਤਾ ਆ ਏ। ਤੇ ਹੁਣ ਮੈਨੂੰ ਦੱਸੋ, ਅਸੀਂ ਇੱਥੇ ਚੰਡੀਗੜ੍ਹ ਧਰਨੇ ਤੇ ਆ ਤੇ ਮਗਰੋਂ ਸਾਡੇ ਪਰਿਵਾਰ ਨੂੰ ਇਹ ਦਬਕਾਉਂਦੇ ਨੇ ਜਾ ਕੇ 8-8, 10-10 ਜਾਣੇ। ਦੱਸੋ ਹੁਣ ਅਸੀਂ ਕੀ ਕਰੀਏ? ਇਹ ਵੀਡੀਓ ਭਗਵੰਤ ਮਾਨ ਤੱਕ ਪਹੁੰਚਾਓ। ਹੈਗੀ ਨਾ ਭਗਵੰਤ ਮਾਨ, ਸਾਡੇ ਨਾਲ ਸਿੱਧੀ ਗੱਲ ਕਰ, ਸਿੱਧੀ ਇਵੇਂ ਨਾ ਕਰ, ਵੋਟਾਂ ਅਸੀਂ ਤੈਨੂੰ ਪਾਈਆਂ ਏ ਤੇ ਤੂੰ ਸਾਡੇ ਜੀਆਂ ਨੂੰ, ਜੇ ਸਾਡੇ ਕਿਸੇ ਜੀ ਨੂੰ ਹਾਰਟ ਅਟੈਕ ਹੋ ਗਿਆ, ਜੇ ਸਾਡਾ ਕੋਈ ਜੀ ਨੂੰ ਨੁਕਸਾਨ ਹੋ ਗਿਆ, ਜ਼ਿੰਮੇਵਾਰ ਤੁਸੀਂ ਜੇ ਝੂਠ ਸਾਡੇ ਘਰੇ ਕੁਛ ਵੀ ਇਹ ਨਸ਼ਾ ਰੱਖ ਸਕਦੇ ਆ, ਇਹਨਾਂ ਦਾ ਕੀ ਇਤਬਾਰ ਏ? ਹੈ ਕਦੀ ਕਹਿੰਦੇ ਅਸੀਂ ਮਹਿਣਿਓ ਆਏ ਆ, ਕਦੀ ਆਂਦੇ ਅਸੀਂ ਮਹਿਣਿਓ ਆਏ ਆ, ਕਦੀ ਆਂਦੇ ਅਸੀਂ ਧਰਮ ਖੋਟੋ ਆਏ ਆ। ਇਹ ਮੈਨੂੰ ਦੱਸਣ ਇਹ ਗੱਲ ਕੀ, ਉਦਣ ਜਿੱਦਣ ਸਾਡੇ ਬਾਹਰ ਵੇਲੀ ਤੇ ਆਏ ਸੀ ਮੈਂ ਇਹਨਾਂ ਨਾਲ ਬਹਿ ਕੇ ਗੱਲ ਕੀਤੀ, ਅਗਲੇ ਪੜਤ ਕਰਕੇ ਲੈ ਗਏ, ਹੁਣ ਫਿਰ ਉਹ ਹੀ ਗੱਲਾਂ, ਉਹ ਹੀ ਰੋਣੀ, ਉਹ ਹੀ ਸਿਆਪਾ। ਤੇ ਮੈਂ ਪੰਜਾਬ ਪੁਲਿਸ ਨੂੰ ਆਣਾ ਕਿ ਹੁਣ ਕੰਮ ਇਵੇਂ ਨਹੀਂ ਚੱਲਣਾ, ਹੁਣ ਨਹੀਂ ਚੱਲਣ ਕਿਸੇ ਕੰਮ ਇਵੇਂ ਦੇਣਾ, ਇਹ ਹੋਰ ਹੀ ਕੋਈ ਹੈ ਜਿਵੇਂ ਪਰਚੇ। ਮੈਨੂੰ ਮਰਨਾ ਮਨਜ਼ੂਰ ਹੈ ਪਰ ਮੈਂ ਤਸੱਲੀਆਂ ਕਰਾ ਕੇ ਰੱਖਣੀਆਂ ਕਰਨੀਆਂ ਜਿਵੇਂ ਤੁਸੀਂ ਕਰਦੇ ਜੇ। ਤੇ ਮੈਂ ਤਾਂ ਭਰਾਵਾਂ ਕੋਲੇ ਤਾਂ ਇੱਕ ਨਾ ਕੱਢ ਫਿਰ ਵਿਖਾ ਦਈਏ ਚੰਗੀ ਤਰ੍ਹਾਂ, ਮੈਂ ਪਾਉਣਾ ਨਾਲੇ ਸੱਚ ਪੇਜ ਤੇ, ਪਾਉਣਾ ਪੇਜ ਤੇ, ਵੇਖਿਆ ਜੇ ਪੇਜ ਤੇ ਪਾਉਣਾ, ਤੁਸੀਂ ਪੇਜ ਤੇ ਵੇਖੋ, ਨਹੀਂ ਦੂਜੀ ਵਿਖਾ। ਇਹ ਜਿਹੜੇ ਆਉਂਦੇ ਨੇ ਆਉਂਦੇ ਆ ਜਿਹੜੇ ਆਉਂਦੇ ਉਹ ਵਿਖਾ ਤੂੰ, ਇਹਨਾਂ ਆਉਂਦਿਆਂ ਨੂੰ ਵਿਖਾਉਣਾ। ਉਹ ਵੇਖੋ ਆਹ ਘਰੇ ਆ ਗਏ, ਆਹ ਮੇਰੀ ਮਾਤਾ ਹੈ, ਦੱਸੋ ਅੰਦਰ ਕਿਹੜਾ ਸਾਡੇ ਖਜ਼ਾਨਾ ਰੱਖਿਆ ਹੈ? ਮਾੜੇ ਘਰਾਂ ਦੇ ਵਿੱਚ ਕੀ ਹੁੰਦਾ ਹੈ? ਲੀੜਾ ਲੱਤਾ, ਆਹ ਦੱਸੋ ਇੰਨੇ ਜਾਣੇ ਆਏ ਆ, ਮੈਂ ਉੱਥੇ ਗਿਆ ਤੇ ਮਗਰੋਂ ਸਾਡੇ ਘਰੇ ਦਬਕਾਉਂਦੇ ਫਿਰਦੇ ਆ, ਦੱਸੋ ਦੱਸੋ ਹੁਣ ਦੂਜੀ ਕਿਤੇ ਹੁਣ ਆ ਜਾਂਦਿਆਂ ਦੀ ਵੇਖ ਲਓ, ਆ ਜਾਂਦੇ ਪਏ ਜੇ ਨਾਲ ਸਿਵਲ ਵਰਦੀ ਚ ਕੁੜੀ ਨੂੰ ਵੀ ਲਿਆਂਦਾ ਭੈਣ ਕਿਸੇ ਨੂੰ ਵੀ, ਤੇ ਆ ਵੇਖੋ ਹੈ ਕੀ ਚਿੱਟਾ ਵੇਚਿਆ ਤੁਹਾਡੇ ਮਗਰ ਲੱਗ ਕੇ, ਜਿਵੇਂ ਉਰੋਂ ਜਿਵੇਂ ਪਹਿਲਾਂ ਹੀ ਗੰਦੇ ਕੰਮ ਕਰਨੇ ਤੁਹਾਡੇ ਮਗਰ ਲੱਗ ਕੇ ਡੋਡੇ ਵੇਚਣ ਲੱਗ ਪਈਏ, ਕੀ ਕਰੀਏ? ਜੇ ਅਸੀਂ ਸੁਧਰੇ ਹਾਂ ਤੇ ਤੁਸੀਂ ਸਾਨੂੰ ਸੁਧਰਨ ਵੀ ਨਹੀਂ ਦਿੰਦੇ, ਸਾਨੂੰ ਤੁਸੀਂ ਸੁਧਰਨ ਵੀ ਨਹੀਂ ਜੇ ਦਿੰਦੇ। ਮੈਨੂੰ ਭਰਾ ਹੋਰ ਕੋਈ ਗੱਲ ਨਹੀਂ, ਪਰਚੇ ਦੀ ਗੱਲ ਇਹ ਆ ਕਿ ਜਦੋਂ ਇਹ ਆਉਂਦੇ ਨੇ ਕਿ ਅਸੀਂ ਕੋਈ ਸਿੱਖੀ ਬਾਣੇ ਦਾ ਲਿਹਾਜ਼ ਨਹੀਂ ਕਰਨਾ,
ਇਹਨਾਂ ਇਹਨੂੰ ਅਸੀਂ ਨੰਗਾ ਥਾਣੇ 'ਚ ਕਰਨਾ ਹੈ। ਮੈਨੂੰ ਵੱਡੀ ਇਹ ਗੱਲ ਦੀ ਸ਼ਰਮ ਹੈ ਕਿ ਯਾਰ ਇੱਕ ਸਿੱਖ ਦੇ ਬੱਚੇ ਨੂੰ ਇਹ ਨੰਗੇ ਕਰਨਗੇ, ਇਹ ਐਡੇ ਗਿਰ ਗਏ ਨੇ, ਇਹਨਾਂ ਦੀ ਐਡੀ ਗਿਰ, ਇਹ ਦੱਸਣ ਲਾਈਵ ਹੋ ਗਏ ਕਿ ਦੱਸਣ ਗੱਲ ਕਰਨ ਕਿ ਕਿਹੜਾ ਸੀ, ਮੈਨੂੰ ਇਹ ਦੱਸਣ ਕਿਹੜੇ ਅਫਸਰ ਅਫਸਰਾਂ ਦਾ ਨਾਂ ਲੈਣ, ਹੁਕਮੇ ਸਾਨੂੰ ਉੱਤੋਂ ਹੁਕਮੇ ਨੂੰ ਨੰਗਿਆ ਕਰਨਾ, ਇਹ ਚੁੱਪ ਕਰ ਜੇ ਇਹਦੇ ਘਰੇ ਬਹਿ ਜੇ, ਇਹ ਬੜਾ ਕੁਛ ਕਹਿੰਦੇ ਨੇ। ਤੇ ਮੈਂ ਭਗਵੰਤ ਮਾਨ ਨੂੰ ਕਹਿੰਦਾ ਸੀ ਵੋਟਾਂ ਤੈਨੂੰ ਪਾਈਆਂ ਸੀ ਅਸੀਂ ਲਾਡੀ ਧੋਸ ਨੂੰ, ਤੇ ਗਾਂ ਫਿਰ ਤੁਸੀਂ ਨਹੀਂ ਆਉਂਦੇ, ਗਾਂ ਨਹੀਂ ਤੁਸੀਂ ਫਿਰ ਆਉਂਦੇ ਇਹ ਕੰਮ ਕਰੋਗੇ। ਵੀਰ ਹੁਣ ਮੈਂ ਵੀਡੀਓ ਪਾਉਣ ਲੱਗਾ, ਉਹ ਵੇਖੋ ਮੈਂ ਇੱਥੇ ਧਰਨੇ 'ਚ ਸਾਂ ਚੰਡੀਗੜ੍ਹ, ਮੈਨੂੰ ਘਰੋਂ ਫੋਨ ਆਇਆ ਨਾ ਵੀਡੀਓ ਕਲਾਈ, ਤੇ ਹੁਣ ਉਹ ਚੈੱਕ ਕਰੋ ਵੀਡੀਓ। ਹਰ ਤਰ੍ਹਾਂ ਦੀ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਸਬਸਕ੍ਰਾਈਬ ਕਰੋ ਚੈਨਲ ਕਾਸ਼ੀ ਟੀਵੀ, ਹਰ ਅਪਡੇਟ ਦਾ ਸੰਕੇਤ ਮਿਲਦਾ ਰਹੇ ਦਬਾਓ ਬੈਲ ਆਈਕਨ ਅਤੇ ਲਾਈਕ ਕਰੋ ਫੇਸਬੁੱਕ ਪੇਜ ਕਾਸ਼ੀ ਟੀਵੀ।